ਤੇ ਮੈਨੂੰ ਜਨਮ ਸਾਖੀ ਦੇ ਵਿੱਚੋਂ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਮਿਲਿਆ ਹੈ। ਉਹ ਇਹ ਕਿ ਭਾਈ ਮਰਦਾਨਾ ਜੀ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਮਹਾਰਾਜ ਭੁੱਖ ਲੱਗੀ ਹੈ, ਲੰਗਰ ਪਾਣੀ ਦਾ ਪ੍ਰਬੰਧ ਹੋ ਜਾਏ। ਤੇ ਗੁਰੂ ਨਾਨਕ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਵੀ ਬੜੇ ਮੌਕੇ ਤੇ ਮਰਦਾਨੇ ਆਖਿਆ ਲੰਗਰ ਹੁਣੇ ਮਿਲ ਜਾਏਗਾ। ਇਹ ਜਨਮ ਸਾਖੀ ਵੀ ਤੁਸੀਂ ਸਾਖੀ ਪੜ੍ਹ ਸਕਦੇ, ਮੈਂ ਪੜ੍ਹੀਏ ਬੜੀ ਬਿਨਾ। ਉਹ ਕੀ ਕਬਰਾਂ ਸਨ ਲਾਗੇ ਤੇ ਕਹਿੰਦੇ ਭਾਈ ਮਰਦਾਨਿਆਂ ਕਬਰਾਂ ਵਿੱਚ ਜਾ ਕੇ ਲੰਗਰ ਲਾਇਆ, ਪ੍ਰਸ਼ਾਦਾ ਲਾਇਆ। ਭਾਈ ਮਰਦਾਨਾ ਜੀ ਹੱਸ ਕੇ ਕਹਿਣ ਲੱਗੇ ਵੀ ਪਾਤਸ਼ਾਹ ਨਾਲੇ ਭੁੱਖੇ ਦੇ ਨਾਲੇ ਮਖੌਲ ਕਰਦਾ, ਕਬਰਾਂ ਚ ਪ੍ਰਸ਼ਾਦਾ। ਕਹਿਣ ਲੱਗੇ ਜਾ ਤਾਂ ਸਹੀ। ਉੱਥੇ ਜਨਮ ਸਾਖੀ ਦੇ ਕਰਤੇ ਨੇ ਲਿਖਿਆ ਵੀ ਭਾਈ ਮਰਦਾਨੇ ਨੇ ਜਾ ਕੇ ਸੱਤ ਕਰਤਾਰ ਕਿਹਾ। ਜਦੋਂ ਸੱਤ ਕਰਤਾਰ ਕਿਹਾ ਨਾ ਤੇ ਕਬਰ ਦੇ ਵਿੱਚੋਂ ਮੁਰਦਾ ਨਿਕਲਿਆ। ਉਹਨੇ ਭਾਈ ਮਰਦਾਨੇ ਨੂੰ ਰੋਟੀ ਦਿੱਤੀ, ਇੱਕ ਪਾਸਿਓਂ ਪੱਕੀ ਤੇ ਇੱਕ ਪਾਸਿਓਂ ਕੱਚੀ। ਭਾਈ ਮਰਦਾਨੇ ਨੇ ਜਦੋਂ ਰੋਟੀ ਫੜੀ ਨਾ ਤੇ ਰੋਟੀ ਦੇ ਕੇ ਮੁੜਨ ਲੱਗਾ ਤੇ ਨਾਲੇ ਕਹਿੰਦਾ ਹਾਏ ਦੁਨੀਆ। ਭਾਈ ਮਰਦਾਨਾ ਜੀ ਨੇ ਗੁੱਟ ਫੜ ਲਿਆ, ਕਹਿਣ ਲੱਗਾ ਮਿੱਤਰਾ ਬਾਕੀ ਦੀਆਂ ਗੱਲਾਂ ਫੇਰ, ਪਰ ਆਹ ਗੱਲ ਕਿਉਂ ਕਹੀ ਤੂੰ ਮੈਨੂੰ, ਕਿਉਂ ਆਖਿਆ ਹਾਏ ਦੁਨੀਆ? ਕਹਿਣ ਲੱਗਾ ਬਾਬਾ ਤੂੰ ਇਸ ਗੱਲ ਤੋਂ ਕੀ ਰਹਿਣਾ, ਤੂੰ ਆਇਆ ਸਾਂ, ਤੂੰ ਅਲੱਖ ਜਗਾਈ, ਸੱਤ ਕਰਤਾਰ ਕਿਹਾ ਤੇ ਰੋਟੀ ਲੈ ਕੇ ਜਾਂਦਾ ਬਣ। ਭਾਈ ਮਰਦਾਨਾ ਜੀ ਕਹਿੰਦੇ ਮੈਂ ਗੁੱਟ ਨਹੀਂ ਛੱਡਣਾ ਉਹਨਾਂ ਚਿਰ, ਦੱਸ ਵੀ ਇਹ ਤੂੰ ਗੱਲ ਕਿਉਂ ਕਹੀ ਹਾਏ ਦੁਨੀਆ? ਕਹਿੰਦਾ ਬਾਬਾ ਕੀ ਦੱਸਾਂ, ਮੇਰੇ ਪਰਿਵਾਰ ਦੇ ਮੈਂਬਰਾਂ ਨੇ ਕਦੇ ਕਿਸੇ ਕੁੱਤੇ ਨੂੰ ਬੁਰਕੀ ਨਹੀਂ ਸੀ ਪਾਈ ਰੋਟੀ ਦੀ। ਭਾਣਾ ਰੱਬ ਦਾ ਵੀ ਸਾਡੇ ਬੂਹੇ ਅੱਗੇ ਮੰਗਤਾ ਆ ਗਿਆ, ਫਕੀਰ ਆ ਗਿਆ। ਮੇਰੀ ਮਾਂ ਅੰਦਰ ਘਿਓ ਦੀ ਠੂਠੀ ਲੈਣ ਗਈ, ਮੈਂ ਅਣਜਾਣਾ ਸਾਂ। ਮੇਰੇ ਮਨ ਵਿੱਚ ਆਇਆ ਤੇ ਮੈਂ ਤਵੇ ਤੋਂ ਰੋਟੀ ਚੁੱਕ ਕੇ ਤੇ ਉਸ ਮੰਗਤੇ ਨੂੰ, ਫਕੀਰ ਨੂੰ ਦੇ ਦਿੱਤੀ। ਉਹ ਚਲਾ ਗਿਆ। ਉਹਦੇ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਬਹੁਤ ਝਾੜਿਆ ਝੰਬਿਆ, ਮੇਰੀ ਕੁੱਟਮਾਰ ਕੀਤੀ ਵੀ ਤੂੰ ਨਵਾਂ ਦਾਨੀ ਕਿੱਥੋਂ ਸਾਡੇ ਘਰ ਜੰਮ ਪਿਓ। ਮੈਂ ਉਸ ਦਿਨ ਤੋਂ ਬਾਅਦ ਕੰਨਾਂ ਨੂੰ ਹੱਥ ਲਾਇਆ ਵੀ ਮੈਂ ਆਪਣੇ ਜੀਵਨ 'ਚ ਕਦੇ ਕਿਸੇ ਨੂੰ ਪਾਣੀ ਦਾ ਘੁੱਟ ਨਹੀਂ ਜੀ ਦਿੱਤਾ। ਤੇ ਬਾਬਾ ਜਿਹੜੀ ਉਹ ਕੱਚੀ ਪੱਕੀ ਰੋਟੀ ਦਿੱਤੀ ਸੀ ਨਾ, ਮੈਨੂੰ ਉਹੋ ਹੀ ਅੱਗੇ ਮਿਲੀ, ਮੈਨੂੰ ਹੋਰ ਕੁਝ ਨਹੀਂ ਮਿਲਿਆ। ਬਾਣੀ ਕਹਿੰਦੀ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਸੰਤ ਉਹ ਹੈ ਜਿਹੜਾ ਇੱਥੋਂ ਤੇ ਉੱਥੋਂ ਦੀ ਕਮਾਈ ਕਰਦਾ। ਜੇ ਮੈਨੂੰ ਪੁੱਛਣਾ ਵੀ ਗਿਆਨੀ ਜੀ ਸੰਸਾਰੀਆਂ ਤੇ ਭਗਤਾਂ 'ਚ ਕੀ ਫਰਕ ਹੈ, ਇਹਦਾ ਮੈਂ ਇਹ ਸਮਝਿਆ ਅਸੀਂ ਸੰਸਾਰੀ ਲੋਕ ਘਰ ਨੂੰ ਖਿੱਚਦੇ ਹਾਂ, ਜਿਹੜੇ ਉਹ ਸੰਤ ਨੇ ਉਹਨਾਂ ਦਾ ਸੁਭਾਅ ਆਪਣਾ ਵਿਗਾਰ ਬਰਾਨਾ ਸਾਡੇ। ਇਹ ਮੈਂ ਜਦੋਂ ਇੱਥੇ ਹੁਣੇ ਆਇਆ ਤੇ ਮੈਂ ਟੂਟੀ ਤੇ ਹੱਥ ਧੋਣ ਗਿਆ ਤੇ ਇੱਕਦਮ ਮੇਰੇ ਦਿਮਾਗ ਵਿੱਚ ਮੈਨੂੰ ਪੁਰਾਣੇ ਇਤਿਹਾਸ 'ਚ ਦ੍ਰਿਸ਼ਟਾਂਤ ਸਾਹਮਣੇ ਮੇਰੇ ਆ ਗਿਆ, ਇੱਕਦਮ ਅੱਜ ਦੀ ਗੱਲ ਹੈ, ਆਪਣਾ ਵਿਗਾਰ ਬਰਾਨਾ ਸਾਡੇ ਨੂੰ ਸੰਤ ਕਹਿੰਦੇ ਨੇ। ਇਹ ਇਤਿਹਾਸ ਸਾਖੀ ਹੈ ਕੀਰਤਪੁਰ ਸਾਹਿਬ ਦੀ। ਗੁਰੂ ਹਰਿਰਾਇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਬੀਬੀ ਆਈ
ਜਿਹਦਾ ਪੁੱਤ ਮਰ ਗਿਆ ਤੇ ਸੰਗਤਾਂ ਨੇ ਗੁਰੂ ਹਰਿ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਾਂ ਜੀ ਕਰ ਕਿਰਪਾ, ਤੇਰੇ ਚ ਬਲ ਹੈ, ਤੂੰ ਮੁਰਦੇ ਨੂੰ ਜਿੰਦਾ ਕਰ ਸਕਦਾ। ਕਿਉਂਕਿ ਆਪ ਪੜ੍ਹਦੇ ਮ੍ਰਿਤਕ ਕਹੋ ਜੀਵਾਲਨਹਾਰ, ਜਿਹੜਾ ਗੁਰੂ ਪਰਮੇਸ਼ਰ ਉਹ ਮੁਰਦੇ ਨੂੰ ਜਾਨ ਦੇ ਸਕਦਾ ਹੈ। ਸੰਗਤ ਨੇ ਬੇਨਤੀ ਕੀਤੀ, ਉਸ ਬੀਬੀ ਨੇ ਬੇਨਤੀ ਕੀਤੀ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਮੁਖੋ ਜਿੰਦਾ ਤਾਂ ਕਰ ਦਿਆਂਗੇ ਪਰ ਤੁਹਾਡੇ ਚੋਂ ਕਿਸੇ ਨੂੰ ਆਪਣਾ ਜੀਵਨ ਤਿਆਗਣਾ ਪਏਗਾ। ਸੰਤ ਉਹ ਜਿਹੜਾ ਆਪਣੀ ਝੁੱਗੀ ਨੂੰ ਅੱਗ ਲਾ ਕੇ ਦੂਜਿਆਂ ਦੇ ਮਹਿਲ ਉਸਾਰੇ, ਉਹਨੂੰ ਸੰਤ ਕਹਿੰਦੇ ਹਨ। ਜੇ ਆਮ ਤੁਸੀਂ ਕਹੋ ਨਾ ਵੀ ਗਿਆਨੀ ਜੀ ਦੇਸੀ ਬੋਲੀ 'ਚ ਜੜਕੀ ਬੋਲੀ 'ਚ ਗੱਲ ਕਰੋ, ਆ ਮੇਰਾ ਲੋਕਾਂ 'ਚ ਪ੍ਰਾਪੇ ਕਰਨਾ ਇਸੇ ਗੱਲ ਦਾ ਵੀ ਮੈਂ ਪੇਂਡੂ ਬੰਦਾ ਤੇ ਗੱਲ ਸਿੱਧੀ ਕਰਦਾ ਲੋਕਾਂ ਦੇ ਪੱਲੇ ਪੈ ਜਾਂਦੀ, ਦੂਜੇ ਗੂੜੇ ਗਿਆਨੀ ਨੇ ਉਹ ਗਿਆਨ ਦੀਆਂ ਗੂੜੀਆਂ ਗੱਲਾਂ ਕਰਦੇ ਉਹ ਤਾਂ ਰਹਿ ਜਾਂਦੀਆਂ ਨੇ। ਜਿਹੜਾ ਆਪਣੀ ਝੁੱਗੀ ਨੂੰ ਅੱਗ ਲਾ ਕੇ ਦੂਜੇ ਦੇ ਮਹਿਲ ਉਸਾਉਂਦਾ ਉਹ ਸੰਤ। ਜਦੋਂ ਆਖਿਆ ਨਾ ਵੀ ਕੋਈ ਆਪਣਾ ਜੀਵਨ ਤਿਆਗੇ, ਨਮਸਕਾਰ ਮੈਂ ਸਤਿਗੁਰੂ ਪਾਤਸ਼ਾਹ ਨੂੰ ਕਰਾਂ ਤੇ ਗੁਰੂ ਦੇ ਸਿੱਖਾਂ ਨੂੰ ਕਰਾਂ। ਭਾਈ ਭਗਤੂ ਦਾ ਬੇਟਾ ਹੋਇਆ ਬਾਬਾ ਜੀਵਨ, ਦੋ ਪੁੱਤ ਸਨ, ਵੱਡਾ ਗੌਰਾ ਦੂਜਾ ਜੀਵਨ। ਆਪਾਂ ਤਾਂ ਉੱਚੇ ਹੋ ਕੇ ਬਹਿੰਦੇ ਹਾਂ ਨਾ, ਬਾਣੀ ਕਹਿੰਦੀ ਆਪ ਗਵਾਈਏ ਤਾਂ ਸ਼ੋ ਪਾਈਏ, ਔਰ ਕੈਸੀ ਚਤਰਾਈ ਸਹੁ ਨਜ਼ਰ ਕਰ ਦੇਖੇ, ਸੋਧਨ ਲੇਖੇ ਕੰਮ ਨੌ ਲਗਾਈ। ਦਾਣਾ ਉਹ ਉੱਗਦਾ ਹੈ ਜਿਹੜਾ ਆਪਣੀ ਉਮਦ ਨੂੰ ਖਤਮ ਕਰ ਲਏ, ਜੇ ਦਾਣਾ ਫਿੱਸੇ ਨਾ ਤੇ ਉਹਦੇ ਚੋਂ ਬੂਟਾ ਨਹੀਂ ਜੇ ਬਣਦਾ। ਬੂਟਾ ਬਣਨ ਵਾਸਤੇ ਬੀਜ ਨੂੰ ਆਪਣਾ ਆਪਾ ਗੋਣਾ ਪੈਂਦਾ ਹੈ। ਇਤਿਹਾਸ ਵਿੱਚ ਉਹ ਲਿਖਿਆ ਗੁਰੂ ਪ੍ਰਤਾਪ ਗ੍ਰੰਥ ਵਿੱਚ, ਭਾਈ ਜੀਵਨ ਜੀ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਦੇ ਇੱਥੇ ਸਿੰਘਾਸਣ ਸੀ ਜਿੱਥੇ ਮੇਰੇ ਪਾਤਸ਼ਾਹ ਸੁਭਾਇਮਾਨ ਸਨ, ਮਗਲੇ ਪਾਸੇ ਬੈਠਾ ਹੈ। ਉਹਨੇ ਮੱਥਾ ਟੇਕਿਆ, ਆਪਣੇ ਤੰਬੂ 'ਚ ਗਿਆ ਤੇ ਨਾਲ ਉਹਨੇ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਅਰਦਾਸ ਬੇਨਤੀ ਕੀਤੀ। ਇਹਦੇ ਨਾਲ ਮੈਂ ਇੱਕ ਥਾਂ ਥਾਂ 'ਤੇ ਮੈਸੇਜ ਦੇਣਾ, ਸੁਨੇਹਾ ਦੇਣਾ ਅਤੇ ਮੈਂ ਇੱਥੇ ਵੀ ਦੇ ਦਿਆਂ, ਭੁੱਲ ਨਾ ਜਾਵਾਂ। ਅੱਜ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਾਉਂਦੇ ਹਾਂ। ਜਦੋਂ ਪੰਜ ਪੌੜੀਆਂ ਪਾਠੀ ਸਿੰਘ ਪੜ੍ਹਦਾ ਤੇ ਘਰ ਵਾਲੇ ਬਾਬੇ ਵਾਲੇ ਵੇਂਦੇ, ਬਾਬਾ ਜੀ ਪ੍ਰਸ਼ਾਦ ਵਰਤਾਓ, ਇਹ ਨਿਗਾਹ ਮਾਰਿਆ ਸਾਡੀ ਕਰਤੂਤ ਕੀ, ਆਪਾਂ ਕਿੱਥੋਂ ਤੱਕ ਨਿਕੰਮੇ ਹੋ ਗਏ ਹਾਂ। ਅਖੰਡ ਪਾਠ ਰਖਾਉਂਦੇ ਹਾਂ, ਮਨ 'ਚ ਭਾਵਨਾ ਹੈ, ਲੇਕਿਨ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਜੇ ਪੜ੍ਹੀਆਂ ਤੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਂਦੇ ਨੇ ਵੀ ਬਾਬਾ ਜੀ ਪ੍ਰਸ਼ਾਦ ਵਰਤਾਉਣ ਤੇ ਪ੍ਰਸ਼ਾਦ ਲੈ ਕੇ ਤਿੱਤਰ ਹੋਈਏ ਤੇ ਮੁੜ ਕੇ ਨਿਆਣੇ ਨੂੰ ਕਹਾਂਗੇ ਕਾਕਾ ਅਗਰਬੱਤੀ ਲਾਈ ਚੱਲ। ਮੈਂ ਕਈ ਵਾਰ ਤਵਾ ਲਾਇਆ ਮੰਜੀ ਸਾਹਿਬ ਦਾ ਅਗਰਬੱਤੀ ਤੋਂ, ਮੈਨੂੰ ਕਈ ਬੰਦੇ ਕਹਿੰਦੇ ਵੀ ਗਿਆਨੀ ਜੀ ਅਗਰਬੱਤੀ ਦੀ ਕੀ ਮਾਨਤਾ। ਮੈਂ ਕਿਹਾ ਇਹਦੀ ਮਾਨਤਾ ਇਹ ਹੈ ਵੀ ਘਰ ਵਾਲੇ ਬਾਹਰ ਚਾਹ ਪਾਣੀ ਪੀਂਦੇ ਨੇ, ਬੀਬੀਆਂ ਗੱਲਾਂ ਕਰਦੀਆਂ ਨੇ ਤੇ 10-11 ਸਾਲ ਦੇ ਬੱਚੇ ਦੀ ਲਾਈ ਡੋੜੀ ਵੀ ਅਗਰਬੱਤੀ ਧਗਾਈ ਚੱਲੀ, ਉਹਨੂੰ ਖੇਡ ਮਿਲ ਗਈ। ਉਹ 5 ਮਿੰਟਾਂ ਬਾਅਦ ਆਉਂਦਾ, 2 ਅਗਰਬੱਤੀ ਉਹਨੂੰ ਅੱਗ ਲਾ ਦਿੰਦਾ ਤੇ ਬਾਬਾ ਖੰਘੀ ਜਾਂਦਾ, ਦੋਵੇਂ ਕੰਮ ਹੋ ਗਏ ਵੀ ਬਾਬਾ ਸਮੇਗਾ ਨਾ ਵੀ ਬਾਬੇ ਨੂੰ ਖੰਘ ਆਉਂਦੀ ਨੇ ਤੇ ਬਾਬਾ ਜਾਗਦਾ ਰਹੇ। ਆਹ ਮਾਨਤਾ ਜੀ, ਅਸੀਂ ਜਪਜੀ ਸਾਹਿਬ ਦਾ ਸੰਪੂਰਨ ਪਾਠ ਸੁਣ ਕੇ ਵੀ ਰਾਜੀ ਨਹੀਂ। ਮੈਂ ਕੱਲ੍ਹ ਕਿਸੇ ਗੁਰਮੁਖ ਪਿਆਰੇ ਮੇਰੇ ਕੋਲ ਆਏ, ਮੈਂ ਕਿਹਾ ਜਪਜੀ ਦੀ ਤਾਂ ਮੈਂ ਵਡਿਆਈ ਬਿਆਨ ਕਰਾਂ ਨਾ, ਮੇਰਾ ਜੀਵਨ ਮੁੱਕ ਸਕਦਾ ਪਰ ਜਪਜੀ ਦੀ ਮਹਾਨਤਾ ਨਹੀਂ ਦੱਸੀ ਜਾਣੀ। ਇਹ ਜਪਜੀ ਦੇ ਪਾਠ ਦੀ ਤਾਕਤ ਹੈ। 75 ਸਾਲ ਦਾ ਬਾਪੂ ਖੰਡਾ ਫੜ ਕੇ ਤੇ ਸੀਸ ਤੜੀ ਤੇ ਰੱਖ ਕੇ ਗੁਰੂ ਰਾਮਦਾਸ ਦੇ ਚਰਨਾਂ ਵੱਲ ਵੱਧ ਰਿਹਾ, ਤਾਕ ਜਪਜੀ ਸਾਹਿਬ ਦੀ। ਜੇ
ਇਹ ਜਪਜੀ ਸਾਹਿਬ ਦੇ ਪਾਠ ਦੀ ਤਾਕਤ ਹੈ। ਭਾਈ ਮਤੀ ਦਾਸ ਆਰੇ ਨਾਲ ਚੀਰਿਆ ਗਿਆ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ। ਇਹ ਸ਼ਹੀਦ ਬਿਲਾਸ ਗ੍ਰੰਥ ਚ ਲਿਖਿਆ ਹੋਇਆ ਜੀ, ਜੇ ਪੁੱਛਣ ਵੀ ਕਿੱਥੇ ਲਿਖਿਆ ਤੇ ਭਾਈ ਸੇਵਾ ਸਿੰਘ ਨੇ ਗ੍ਰੰਥ ਲਿਖਿਆ ਸ਼ਹੀਦ ਬਿਲਾਸ। ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ, ਸਰੀਰ ਦੁਫਾੜ ਹੋ ਗਿਆ, ਪਾਠ ਅਜੇ ਵੀ ਚੱਲਦਾ ਜਪਜੀ ਸਾਹਿਬ ਦੇ ਪਾਠ ਦੀ ਤਾਕਤ। ਮੇਰੇ ਪਿੰਡਾਂ ਵੱਲ ਪਿੰਡ ਹੈ, ਭਾਈ ਤਾਰੂ ਸਿੰਘ ਦਾ ਮੇਰੇ ਪਿੰਡ ਤੋਂ 13 ਮੀਲ ਹੈ। ਖੋਪੜੀ ਕੱਟੀ ਗਈ, ਕੋਈ ਗਲੂਕੋਸ਼ ਨਹੀਂ, ਕੋਈ ਬਲੱਡ ਨਹੀਂ, ਲੇਕਿਨ ਜਪਜੀ ਦੇ ਪਾਠ ਦੀ ਤਾਕਤ। ਸੂਬਾ ਮਰ ਗਿਆ ਤੇ ਕਹਿਣ ਲੱਗਾ ਜੁੱਤੀ ਅੱਗੇ ਲਾਜ ਖੜਨਾ ਸੀ, ਚੰਗਾ ਸਿੰਘੋ ਜਲ ਲਿਆਓ ਇਸ਼ਨਾਨ ਕਰਾਂ, ਔਰ ਦੇਗ ਤਿਆਰ ਕੀਤੀ। ਭਾਈ ਤਾਰੂ ਸਿੰਘ ਨੇ ਸੰਪੂਰਨ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਤੇ ਗੁਰੂ ਕੇ ਚਰਨਾਂ ਵਿੱਚ ਆਪਣੇ ਆਪ ਨੂੰ ਲੀਨ ਕੀਤਾ। ਇਹ ਜਪਜੀ ਸਾਹਿਬ ਦੇ ਪਾਠ ਦੀ ਤਾਕਤ ਹੈ। ਗੁਰੂ ਕਿਰਪਾ ਕਰੇ, ਬਾਣੀ ਨਾਲ ਜੁੜਿਆ ਕਰੋ, ਮੇਰੇ ਇਹ ਕਹਿਣ ਤੋਂ ਪਾਵੇ ਹੈ। ਭਾਈ ਜੀਵਨ ਜੀ ਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਝੁਕਾਇਆ, ਸਿਰ ਝੁਕਾਵਾਂਗੇ ਨਾ ਕੀਮਤ ਬਣ ਜਾਏਗੀ। ਆਪਾਂ ਵੇਖਿਆ ਕਈਆਂ ਦੀ ਧੌਣ 'ਚ ਕਿੱਲਾ ਗੱਡਿਆ ਹੁੰਦਾ ਹੈ, ਧੌਣ ਨੀਵੀਂ ਨਹੀਂ ਕਰਦੇ, ਪਰ ਬਾਬਾ ਫਰੀਦ ਜੀ ਕਹਿੰਦਾ ਫਰੀਦਾ ਜੋ ਸਿਰ ਸਾਈਂ ਨਾਨਵੇਂ ਸੋ ਸਿਰ ਕੀਚੇ ਥਾਏ ਤੁੰਨੇ ਏੜ ਜਲਾਈਏ ਬੰਨ ਸੰਧੀ ਥਾਏ। ਜਿਹੜਾ ਗੁਰੂ ਪਰਮੇਸ਼ਰ ਦੇ ਅੱਗੇ ਝੁਕਦਾ ਨਹੀਂ ਨਾ, ਮੈਨੂੰ ਪੁੱਛ ਕੇ ਵੇਖੋ, ਮੈਂ ਨਹੀਂ ਕਹਿੰਦਾ, ਬਾਬਾ ਫਰੀਦ ਜੀ ਕਹਿੰਦੇ ਨੇ, ਉਹ ਕਹਿੰਦੇ ਜੇ ਮੈਨੂੰ ਪੁੱਛ ਕੇ ਵੇਖੋ ਨਾ, ਤੇ ਜਿਵੇਂ ਸਾਡੀਆਂ ਬੀਬੀਆਂ ਭੈਣਾਂ ਸਿਆਲ ਦੇ ਵਿੱਚ ਸਾਗ ਧਰਦੀਆਂ ਨੇ ਨਾ ਤੌੜੀ ਥੱਲੇ ਅੱਗ ਡਾਹੀ ਜਾਂਦੀਆਂ ਨੇ, ਮੈਂ ਉਹਨਾਂ ਬੀਬੀਆਂ ਨੂੰ ਕਹਾਂਗੇ ਵੀ ਉਹ ਤੌੜੀ ਦੇ ਥੱਲੇ ਉਹ ਸਿਰ ਡਾਹ ਦਿਓ, ਜਿਹੜਾ ਗੁਰੂ ਪਰਮੇਸ਼ਰ ਦੇ ਅੱਗੇ ਝੁਕਦਾ ਨਹੀਂ। ਇਹ ਸਿਰ ਨਿਉਣ ਲਈ ਮਿਲਿਆ ਜੇ, ਇਹ ਅਕੜਾਉਣ ਲਈ ਨਹੀਂ ਮਿਲਿਆ। ਮੱਥਾ ਟੇਕਿਆ, ਜਪਜੀ ਦਾ ਪਾਠ ਕੀਤਾ। ਜਪਜੀ ਦੇ ਪਾਠ ਦੇ ਅਰਥ ਬੇਅੰਤ ਨੇ, ਪਰ ਮੈਂ ਇਹਦਾ ਜੋ ਅਰਥ ਸਮਝਿਆ ਉਹ ਇਹ ਹੈ, ਜੀ ਕਰਕੇ ਜਪ ਕਰ। ਮਹਾਰਾਜ ਦਾ ਪ੍ਰਕਾਸ਼ ਤੁਸੀਂ ਵੇਖ ਸਕਦੇ ਹੋ, ਤਤਕਰਾ ਵੇਖੋਗੇ ਨਾ, ਉੱਥੇ ਲਿਖਿਆ ਜੇ ਜਪ ਨਿਸ਼ਾਨ ਜੱਜਾ ਪੱਲੇ ਪੱਪੇ ਦੇ ਥੈਲੇ ਔਂਕੜ, ਨੰਨੇ ਨੂੰ ਬਿਹਾਰੀ ਸੱਸੇ ਨੂੰ ਕੰਨਾ ਤੇ ਨਾਣੇ ਥੱਲੇ ਫਿਰ ਔਂਕੜ। ਇਹ ਬਾਣੀ ਦਾ ਨਾਮ ਜੇ ਜਪ ਨਿਸ਼ਾਨ। ਨਿਸ਼ਾਨ ਦਾ ਭਾਵ ਗੁਰਮੁਖਾ, ਨਿਸ਼ਾਨ ਕਹਿੰਦੇ ਨੇ ਹੁਕਮਨਾਮੇ ਨੂੰ, ਨਿਸ਼ਾਨ ਕਹਿੰਦੇ ਨੇ ਝੰਡੇ ਨੂੰ, ਨਿਸ਼ਾਨ ਕਹਿੰਦੇ ਨੇ ਚੈੱਕ ਨੂੰ। ਗੁਰਮੁਖਾ ਜੇ ਜਪੀ ਜਪ ਨਾਲ ਜੁੜੇਗਾ ਤੇਰੇ ਝੰਡੇ ਝੁੱਲਣਗੇ, ਜੇ ਜਪ ਨਾਲ ਜੁੜੇਗਾ ਨਾ ਤੇ ਗੁਰਮੁਖਾ ਇਹ ਜਪ ਗੁਰੂ ਕਾ ਹੁਕਮਨਾਮਾ ਹੀ, ਜੇ ਜਪ ਨਾਲ ਜੁੜੇਗਾ ਤੇ ਜਿਵੇਂ ਆਪਾਂ ਚੈੱਕ ਲੈ ਲੈਂਦੇ ਹਾਂ ਤੇ ਬੰਦੇ ਨੂੰ ਸੋਝਣਾ ਤੇ ਆਪਾਂ ਕਹਿੰਦੇ ਸੇਠ ਜੀ ਮੈਂ ਤਾਂ 3 ਟਰੱਕ ਮਕਈ ਦੇ ਵੇਚੇ ਨੇ ਤੇ ਮੈਨੂੰ ਆ ਕਾਗਜ਼ ਫੜਾ ਦਿੱਤਾ ਜੇ, ਉਹ ਸੇਠ ਹੱਸ ਕੇ ਕਹਿੰਦਾ ਆੜਤੀਆ ਸਰਦਾਰ ਜੀ ਇਹ ਕਾਗਜ਼ ਨਹੀਂ, ਜਾ ਕੇ ਬੈਂਕ ਵਾਲਿਆਂ ਨੂੰ ਦਿਓ ਤੇ ਤੁਹਾਨੂੰ 3 ਲੱਖ ਰੁਪਈਆ ਮਿਲਣਾ ਜੇ 3 ਲੱਖ। ਇਸ ਪ੍ਰਕਾਰ ਗੁਰਮੁਖੋ ਜਿਹੜਾ ਜਾਪ ਹੈ ਨਾ, ਇਹ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਲੋਕ ਦਾ ਚੈੱਕ ਦਿੱਤਾ ਹੈ, ਦੁਨੀਆਂ ਦੇ ਤਮਾਮ ਪਦਾਰਥ ਜਪਜੀ ਦੇ ਨਾਲ ਮਿਲਣਗੇ। ਮੇਰਾ ਜੋ ਜਾਤੀ ਵਿਸ਼ਵਾਸ ਹੈ ਨਾ, ਅਜਿਵੇਂ ਆਮ ਜਿਹਨੂੰ ਮਿਲੀਦਾ ਗਿਆਨੀ ਜੀ ਇਸ ਗੱਲ ਤੋਂ ਪਰੇਸ਼ਾਨ, ਸਾਨੂੰ ਆਹ ਤੰਗ ਕਰਦਾ ਹੈ, ਜਿੱਥੇ ਜਪਜੀ ਹੈ ਉੱਥੇ ਕਲੇਸ਼ ਨਹੀਂ, ਤੇ ਜਿੱਥੇ ਕਲੇਸ਼ ਮੇਰਾ ਅੰਦਾਜ਼ਾ ਵੀ ਉੱਥੇ ਅਰੇ ਜਪਜੀ ਨਹੀਂ ਆਇਆ, ਜਿੱਥੇ ਜਪਜੀ ਆ ਗਿਆ ਉੱਥੇ ਕਲੇਸ਼ ਨਹੀਂ, ਤੇ ਜਿੱਥੇ ਕਲੇਸ਼ ਹੈ
ਉੱਥੇ ਜਪਜੀ ਅਜੇ ਨਹੀਂ ਜੇ ਆਇਆ। ਮੈਂ ਬੇਨਤੀ ਕਰਿਆ ਸੀ ਸੰਤਾਂ ਬਾਰੇ, ਆਪਣਾ ਵਿਗਾਰ ਬਰਾਨਾ ਸਾਂਢੇ। ਭਾਈ ਜੀਵਨ ਜੀ ਨੇ ਮੱਥਾ ਟੇਕਿਆ, ਪਾਠ ਕੀਤਾ, ਸਰੀਰ ਛੱਡ ਦਿੱਤਾ। ਇਹ ਕੀਰਤਪੁਰ ਸਾਹਿਬ ਦੀ ਘਟਨਾ ਜੀ ਇਤਿਹਾਸਕ, ਇਹ ਨਹੀਂ ਵੀ ਕਈ ਫਲਾਣਾ ਗਿਆਨੀ ਚੁੱਟ ਕੇ ਛੱਡ ਗਿਆ, ਕੋਲ ਟੋੜ ਕੇ ਗੰਢ ਕੇ, ਟੋੜ ਕੇ ਨਹੀਂ, ਇਹ ਮੇਰੇ ਗੁਰੂ ਦੀਆਂ ਵਡਿਆਈਆਂ ਨੇ। ਕੀਰਤਪੁਰ ਸਾਹਿਬ ਦੀ ਵਾਪਰੀ ਘਟਨਾ, ਮਹਾਰਾਜ ਕਿਰਪਾ ਕੀਤੀ ਤੇ ਬੀਬੀ ਦਾ ਪੁੱਤਰ ਜਿੰਦਾ ਹੋ ਗਿਆ ਤੇ ਗੁਰੂ ਹਰਿ ਸੱਚੇ ਪਾਤਸ਼ਾਹ ਕਹਿਣ ਲੱਗੇ, ਧੀਏ ਤੇਰਾ ਪੁੱਤਰ ਤਾਂ ਜਿੰਦਾ ਹੋ ਗਿਆ ਪਰ ਮੇਰਾ ਤੁਰ ਗਿਆ ਹੀ, ਤੇਰਾ ਜਿੰਦਾ ਹੋ ਗਿਆ ਮੇਰਾ ਤੁਰ ਗਿਆ ਹੀ। ਤੇ ਨਾਲ ਗੁਰੂ ਹਰਿ ਸੱਚੇ ਪਾਤਸ਼ਾਹ ਨੇ ਇੱਕ ਬਚਨ ਕੀਤਾ, ਭਾਈ ਜੀਵਨ ਜਿੰਨਾ ਚਿਰ ਸੰਸਾਰ ਰਹੇਗਾ ਤੇਰੀ ਕੁੱਲ ਵਿੱਚ ਕੋ ਔਂਤਰਾ ਨਹੀਂ ਹੋਏਗਾ। ਜਿਵੇਂ ਆਪਾਂ ਕਹਿੰਦੇ ਨੇ ਫਲਾਣੇ ਚਾਰ ਭਰਾ ਸਨ ਤੇ ਇੱਕ ਦੇ ਬੱਚੇ ਨਹੀਂ ਹੋਏ, ਭਾਈ ਜੀਵਨ ਦਾ ਪਰਿਵਾਰ ਅੱਜ ਵੀ ਮਾਲਵੇ ਜਾ ਕੇ ਵੇਖੋ, ਕੋਈ ਉਸ ਅੰਸ਼ ਵਿੱਚੋਂ ਨਹੀਂ ਜਿਹਦੀ ਅੱਗੇ ਸੰਤਾਨ ਨਾ ਹੋਵੇ। ਕਿਹਦੀ ਕਿਹਦੀ ਗੱਲ ਹੈ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਤੋਂ ਕੁਰਬਾਨ ਕੀਤਾ। ਇਹ ਸੰਤ ਦੀ ਆਪਾਂ ਗੱਲ ਕੀਤੀ, ਹੰਕਾਰੀ ਬੰਦਾ ਆਪਣੇ ਪੁੱਤਰ ਨੂੰ ਮਾਰਨ ਲਈ ਤਿਆਰ ਹੋ ਗਿਆ ਉਹ ਹੈ ਦੁਸ਼ਟ। ਇੱਕ ਉਰਦੂ ਦਾ ਬਜ਼ੁਰਗ ਸ਼ੇਰ ਬੋਲਦੇ ਹੁੰਦੇ ਨੇ, ਬੜਾ ਭਾਵ ਪੂਰਤ ਹੈ। ਏਕ ਵੋ ਮਰਦ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ ਸਾਥ, ਏਕ ਵੋ ਮਰਦ ਹੈ ਜੋ ਜਮਾਨੇ ਕੋ ਬਦਲ ਦੇਤੇ ਹੈ। ਜਿਹੜੇ ਜਮਾਨੇ ਦੇ ਨਾਲ ਬਦਲੇ ਨਾ, ਜਿਹਨੂੰ ਆਪਾਂ ਪੰਜਾਬੀ 'ਚ ਆਮ ਕਹਿੰਦੇ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ, ਉਹ ਨਹੀਂ। ਜਿਹੜੇ ਇੱਕ ਸਟੈਂਡ 'ਤੇ ਰਹਿਣ, ਇੱਕ ਸਿਧਾਂਤ 'ਤੇ ਰਹਿਣ, ਉਹ ਸੰਤ ਹੈ। ਜਿਹਦਾ ਸਿਧਾਂਤ ਕੋਈ ਨਹੀਂ ਉਹ ਸੰਤ ਨਹੀਂ। ਬਾਪ ਮਾਰਨ ਲਈ ਤਿਆਰ ਹੋ ਗਿਆ। ਲੰਮੀ ਕਥਾ ਲਿਖੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਕਰ ਹਰਨਾਖ ਦੈਨ ਤੇ ਕੱਲਰ ਕਵਲ ਭਗਤ ਪ੍ਰਹਲਾਦ। ਜਿਵੇਂ ਕੱਲੜ ਦੇ ਵਿੱਚ ਕਵਲ ਦਾ ਫੁੱਲ ਨਹੀਂ ਪੈਦਾ ਹੋ ਸਕਦਾ, ਪਰ ਰੱਬ ਦੇ ਰੰਗ ਵੇਖੋ ਵੀ ਕੱਲੜ 'ਚ ਕਵਲ ਪੈਦਾ ਕਰ ਦਿੱਤਾ। ਉਹ ਕੀ ਕਰਦਾ ਹੈ, ਮਨ ਵਿੱਚ ਸਿਮਰੇ ਰਾਮ ਨਾਮ ਗਾਵੇ ਸ਼ਬਦ ਅਨਾਦ ਆਦ। ਉਹ ਬੱਚਾ ਦਿਨੇ ਰਾਤ ਵਾਹਿਗੁਰੂ ਨੂੰ ਚੇਤੇ ਕਰਦਾ ਤੇ ਇੱਕ ਹੋਰ ਗੱਲ, ਉਹਦੀ ਦ੍ਰਿਸ਼ਟੀ ਵਿਸ਼ਾਲ ਹੋ ਜਾਂਦੀ ਹੈ। ਆਪਾਂ ਤਾਂ ਬੱਝੇ ਹਾਂ ਨਾ ਜੰਜੀਰਾਂ 'ਚ। ਆ ਬਾਬਾ ਭਲਵਾਨ ਜੀ ਮੇਰੇ ਪਰਮ ਮਿੱਤਰ ਸਨ, ਮੇਰੇ ਮਿੱਤਰਾਂ ਦੀ ਦੁਨੀਆਂ 'ਚੋਂ ਮੈਂ ਇਹ ਕਹਿ ਸਕਦਾ ਮੇਰੀ ਜਿੰਦ ਜਾਨ ਸਨ। ਮੈਂ ਉਹਨਾਂ ਦੀਆਂ ਦੋ ਘਟਨਾਵਾਂ ਤੋਂ ਬੜਾ ਪ੍ਰਭਾਵਿਤ ਹਾਂ, ਮੈਂ ਸਾਂਝੀਆਂ ਕਰਦਾ ਕਿਤੇ ਰਹਿ ਨਾ ਜਾਣ। ਜਿਹੜਾ ਉਹਨਾਂ ਅੰਮ੍ਰਿਤਸਰ ਸਾਹਿਬ ਪੜਾਅ ਬਣਾਇਆ ਨਾ, ਤੇ ਨਿਸ਼ਾਨ ਸਾਹਿਬ ਦੀ ਜਿਹੜੇ ਉਹ ਚੌਂ ਪਾਸੇ ਉਹਨਾਂ ਦੀ ਉਹ ਟੇਲਾਂ ਲਾਈਆਂ ਨੇ, ਉਹਦੇ 'ਚ ਬਾਬੇ ਹਨੂੰਮਾਨ ਦੀ ਲਾਈ। ਤੇ ਮੈਂ ਹੁਣ ਕੱਟੜ ਖਿਆਲਾਂ ਦਾ ਟਕਸਾਲ 'ਚ ਪੜਿਆ, ਮੈਂ ਕਿਹਾ ਬਾਬਾ ਜੀ ਤੁਹਾਡਾ ਕੰਮ ਤਾਂ ਤੁਸੀਂ ਚੰਗਾ ਕੀਤਾ ਪਰ ਆਹ ਚੰਗਾ ਨਹੀਂ। ਕਹਿੰਦੇ ਗਿਆਨੀ ਜੀ ਕਿਵੇਂ? ਮੈਂ ਕਿਹਾ ਗੁਰਦੁਆਰਾ ਸਾਹਿਬ ਹੈ ਤੇ ਨਿਸ਼ਾਨ ਸਾਹਿਬ ਵਿੱਚ ਤੁਸੀਂ ਹਨੂੰਮਾਨ ਦਾ ਉਹ ਸਿਰ ਲਾ ਦਿੱਤੀ ਹੈ, ਪਲੇਟ ਲਾ ਦਿੱਤੀ ਹੈ, ਸੱਚ ਜਾਣਿਆ ਜੇ ਗੁਰੂ ਕੀ ਸੰਗਤ ਜੇ। ਗਿਆਨੀਆਂ ਦਾ ਗਿਆਨ ਅੱਖਰਾਂ ਤੱਕ ਹੁੰਦਾ, ਪਰ ਜੇ ਬ੍ਰਹਮ ਗਿਆਨੀ ਨੂੰ, ਉਹ ਬ੍ਰਹਮ ਨੂੰ ਪਹੁੰਚ ਜਾਂਦੇ ਨੇ। ਗਿਆਨੀਆਂ ਦਾ ਗਿਆਨ ਹੁੰਦਾ ਕੋ ਕਿਤਾਬਾਂ ਤੱਕ, ਵੀ ਉਹਨੇ 50 ਕਿਤਾਬਾਂ ਪੜ੍ਹੀਆਂ, ਕਿਸੇ ਨੇ 1000 ਪੜ੍ਹੀ। ਬ੍ਰਹਮ ਦਾ ਗਿਆਨ ਹੁੰਦਾ ਰੱਬ ਦਾ ਰੂਪ ਹੁੰਦੇ, ਉਹਨਾਂ ਦਾ ਗਿਆਨ ਮਿਣਿਆ ਤੋਲਿਆ ਨਹੀਂ ਜਾ ਜਾਂਦਾ। ਮੇਰੀ ਹੱਡ ਬੀਤੀ ਮੈਂ ਕਹਿ ਰਿਹਾ। ਮੈਨੂੰ ਕਹਿੰਦੇ ਗਿਆਨੀ ਜੀ ਮੈਂ ਤਾਂ ਇਹ ਤਾਂ ਸਿਰ ਲਾਈਏ ਵੀ ਇਹ ਜਤੀ ਸਰੀ ਸਾਡੇ ਵਰਗਾ, ਮੈਂ ਵੀ ਭਲਵਾਨ ਤੇ ਵੀ ਭਲਵਾਨ ਸੀ। ਦੇਖੋ ਗੱਲ ਕਰਨ ਦਾ ਢੰਗ,
ਮੈਨੂੰ ਕਹਿੰਦੇ ਮੇਰਾ ਭਰਾ ਭਾਈ ਮੈਨੂੰ ਚੰਗਾ ਲੱਗਾ, ਇਹ ਵੀ ਭਲਵਾਨ ਮੈਂ ਵੀ ਭਲਵਾਨ ਤੇ ਜਤੀ ਸਦੀ ਆਦਮੀ ਸੀ, ਜੇ ਤੁਸੀਂ ਕਹੋ ਤੇ ਲਾਹ ਦਿਆਂ। ਮੈਂ ਕਿਹਾ ਬਾਬਾ ਜੀ ਮੈਂ ਫੇਰ ਹਾਂ। ਆਪਾਂ ਤਾਂ ਕਹਿੰਦੇ ਵੀ ਸਾਡੀ ਸਾਡੀ ਗੱਲ ਹੋਵੇ, ਉਹਨਾਂ ਵਾਸਤੇ ਦੇਵਤੇ ਵੀ ਪਰਮੇਸ਼ਰ ਦਾ ਰੂਪ ਨੇ, ਉਹਨਾਂ ਦੀ ਨਿਗਾਹ 'ਚ ਫਰਕ ਕੋਈ ਨਹੀਂ, ਉਹਨਾਂ ਦੀ ਨਿਗਾਹ 'ਚ ਕੋਈ ਫਰਕ ਨਹੀਂ। ਮੈਨੂੰ ਕਹਿੰਦੇ ਗਿਆਨੀ ਜੀ ਮੈਂ ਤਾਂ ਭਲਵਾਨ ਕਰਕੇ ਜਤੀ ਸਦੀ ਕਰਕੇ ਲਾਇਆ ਤੇ ਜੇ ਤੁਸੀਂ ਕਹੋ ਤੇ ਲਾਹ ਦਿਆਂਗਾ। ਮੈਂ ਕਿਹਾ ਬਾਬਾ ਜੀ ਮੇਰਾ ਗਿਆਨ ਫੇਲ, ਤੁਸੀਂ ਪਾਸ। ਕਿਸੇ ਬੱਚੇ ਨੂੰ ਮਿਲਣਾ, ਕਿਸੇ ਬੀਬੀ ਨੂੰ ਮਿਲਣਾ ਤੇ ਉਹਨਾਂ ਕਹਿਣਾ ਬੀਬੀ ਜੀ ਵਾਹਿਗੁਰੂ ਇਧਰ ਆ ਜਾਓ, ਵਾਹਿਗੁਰੂ ਕਾਕਾ ਜੀ ਇਧਰ ਆ ਜਾਓ। ਮੈਂ ਕਿਹਾ ਬਾਬਾ ਜੀ ਚੰਗਾ ਵਾਹਿਗੁਰੂ ਨੂੰ ਤੁਸੀਂ ਸੁੱਕਣੇ ਪਾਇਆ, ਕਿਉਂਕਿ ਮੇਰੇ ਮਿੱਤਰ ਸਨ। ਮੈਂ ਕਿਹਾ ਚੰਗਾ ਵਾਹਿਗੁਰੂ ਨੂੰ ਚਾਲੇ ਕੀਤਾ, ਜੇ ਜੇ ਬੀਬੀ ਤੇ ਉਹ ਵੀ ਵਾਹਿਗੁਰੂ ਤੇ ਜੇ ਕਾਕਾ ਤੇ ਉਹ ਵੀ ਵਾਹਿਗੁਰੂ। ਕਹਿਣ ਲੱਗੇ ਗਿਆਨੀ ਜੀ ਅਸੀਂ ਅਨਪੜ੍ਹ ਜੂ ਹੋਏ, ਸਗੋਂ ਮੈਨੂੰ ਦੱਸ ਦਿਓ ਵੀ ਵਾਹਿਗੁਰੂ ਕਿਹਦੇ 'ਚ ਨਹੀਂ। ਮੈਂ ਨਾ ਕਹਾਂ ਮੈਂ ਫੇਲ ਹਾਂ, ਕਿਉਂਕਿ ਜਿਹੜੀ ਉਹਨਾਂ ਦੇ ਬਚਨ ਨੇ ਨਾ, ਉਹਨਾਂ ਦੇ ਬਚਨ ਇਸ ਦੇ ਮੁਤਾਬਕ ਨੇ। ਸਭ ਮੈਂ ਜੋਤ, ਜੋਤ ਹੈ ਸੋਏ ਤੇ ਇਸ ਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਉਹਨਾਂ ਦੇ ਜੀਵਨ ਸੀ। ਸਭ ਮੈਂ ਜੋਤ, ਜੋਤ ਹੈ ਸੋਏ ਤੇ ਇਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਸਾਰਿਆਂ 'ਚ ਉਹਦੀ ਜੋਤ ਹੈ। ਸਾਨੂੰ ਤਾਂ ਮੈਨੂੰ ਮਾਫ਼ੀ ਦੇਣੀ, ਗੱਲ ਕੌੜੀ ਕਹਿਣ ਲੱਗਾ ਤੇ ਸੱਚੀ ਹੈ। ਸਾਨੂੰ ਤਾਂ ਆਪਣਾ ਗੁਰਦੁਆਰਾ ਨਾ, ਉਹ ਗੁਰਦੁਆਰਾ ਦੀਜਾ ਦੂਜਿਆਂ ਦਾ ਗੁਰਦੁਆਰਾ ਨਹੀਂ ਦੀਦਾ। ਆਹ ਗੁਰਪੁਰਬ ਹੁੰਦੇ ਨੇ ਨਾ ਤੇ ਗ੍ਰਾਹੀ ਵਾਲੇ ਆਉਂਦੇ ਤੇ ਕਹਿੰਦੇ ਅਸੀਂ ਦੂਜੀ ਪੱਤੀ ਤੋਂ ਆਏ ਹਾਂ। ਕਹਿੰਦੇ ਤੁਸੀਂ ਆਇਓ ਤੇ ਭਰਾ ਤੁਹਾਨੂੰ ਮੋੜਨਾ ਕਾਹਦਾ ਹੈ, ਇਹ 50 ਰੁਪਈਏ ਲੈ ਲਓ। ਤੇ ਜੇ ਆਪਣੀ ਪੱਤੀ ਵਾਲੇ ਆਉਂਦੇ ਤੇ ਕਹਿੰਦਾ ਜਿੰਨਾ ਜਿੰਨਾ ਖਰਚਾ ਹੋਵੇਗਾ ਨਾ ਤੁਸੀਂ ਮੈਨੂੰ ਖੁੱਲ੍ਹ ਕੇ ਦੱਸ ਦਿਓ ਤੇ ਆਪ 55,000 ਲੈ ਜਾਓ ਤੇ ਬਾਕੀ ਫੇਰ ਕਰ ਲਾਂਗੇ। ਇਹ ਆਪਣਾ ਗੁਰਦੁਆਰਾ ਜੋ ਹੈ ਪੱਤੀ ਵਾਲਾ, ਜਿਹੜਾ ਦੂਜਾ ਨਾ, ਸਾਨੂੰ ਉਹਦੇ ਵਿੱਚ ਗੁਰੂ ਨਹੀਂ ਦੀਦਾ। ਸਾਡੀ ਨਿਗਾਹ ਇੰਨੀ ਸੌੜੀ ਹੈ, ਗੁਰੂ ਸਾਡੇ 'ਤੇ ਕਿਤੇ ਮਿਹਰ ਕਰੇ। ਪਿਓ ਨੇ ਹੰਕਾਰ ਵਿੱਚ ਆ ਕੇ ਤੇ ਤਲਵਾਰ ਕੱਢੀ ਵੀ ਤੈਨੂੰ ਪੁੱਠੇ ਪਾਸੇ ਕੌਣ ਲਾ ਗਿਆ। ਕੱਢ ਖੜਕ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਮੈਂ ਕਿੱਡੀ ਚੰਦਰੀ ਜਲ ਅਗਨੀ ਵਿੱਚ ਸੁੱਟਿਆ ਜਲੇ ਨਾ ਡੂਬੇ ਗੁਰਪ੍ਰਸਾਦ। ਅਸੰਤ ਨੇ ਪੁੱਤ ਨੂੰ ਗੋਤੇ ਦਿੱਤੇ, ਅੱਗ ਵਿੱਚ ਸਾੜਨ ਦਾ ਯਤਨ ਕੀਤਾ ਪਰ ਸੰਤ ਸੜਿਆ ਨਹੀਂ ਤੇ ਸੰਤ ਡੁੱਬਾ ਨਹੀਂ, ਕਿਉਂਕਿ ਉਹਦੇ ਕੋਲ ਨਾਮ ਦਾ ਬੇੜਾ ਹੈ, ਨਾਮ ਦਾ ਬੇੜਾ। ਗੁਰਮੁਖੋ ਸਵਾਲ ਕਰਾਂਗੇ ਗਿਆਨੀ ਜੀ, ਜਿਹੜਾ ਟੋਕਰੀ ਵਾਹੁਣ ਵਾਲਾ ਹੈ, ਜਿਹੜਾ ਗ੍ਰਾਹੀ ਕਰਨ ਵਾਲਾ, ਇਹ ਸੰਤ ਹੋ ਸਕਦਾ ਭਲਾ? ਤੁਸੀਂ ਆਇਓ ਤੇ ਇਹ ਬਾਬੇ ਕਿਹੜਾ ਵੀ ਨਿਤਨੇਮ ਦਾ ਉੱਥੇ ਘਰਾਂ 'ਚ ਖੰਡ ਪਾਠ ਕਰਾਉਂਦੇ ਨੇ, ਕਾਰ ਸੇਵਾ ਮਕਾਨ ਸਾਰੀ ਗਏ, ਸਾਤਨਾ ਵਾਹਿਗੁਰੂ ਵਾਹਿਗੁਰੂ ਕਹੀ ਗਏ, ਤੇ ਭਲਾ ਸੰਤ ਹੋ ਸਕਦੇ ਨੇ? ਇਹ ਸ਼ੰਕਾ ਤੁਹਾਡਾ, ਇਹਦਾ ਮੈਂ ਜਵਾਬ ਦਿਆਂ। ਸੰਤ ਦੋ ਚੀਜ਼ਾਂ ਦਾ ਬਣਦਾ ਹੈ, ਜਿਵੇਂ ਆਪਾਂ ਬਾਣੀ 'ਚ ਪੜ੍ਹਦੇ ਹਾਂ, ਮਾਤ ਪਿਤਾ ਬਿਨ ਬਾਰ ਨਾ ਹੋਈ, ਬਿਮ ਬਿਨਾ ਕੈਸੇ ਕੱਪੜੇ ਧੋਈ। ਮਾਤਾ ਤੇ ਪਿਤਾ ਦੇ ਸੰਬੰਧਾਂ ਤੋਂ ਪੁੱਤ ਦਾ ਜਨਮ, ਸਾਤੇ ਸੰਤੋਖ ਤੋਂ ਸੰਤ ਦਾ ਜਨਮ। ਜੇ ਕੋਈ ਪੁੱਛੇ ਨਾ ਗਿਆਨੀ ਜੀ ਸੰਤ ਕਿੱਥੋਂ ਪੈਦਾ ਹੁੰਦਾ ਹੈ, ਸੱਤ ਦੇ ਸੰਤੋਖ ਇਕੱਠੇ ਕਰਦੇ ਹੋ, ਭਾਵੇਂ ਉਹ ਬੱਚਾ, ਭਾਵੇਂ ਬਜ਼ੁਰਗ ਹੈ, ਭਾਵੇਂ ਮੁਸਲਮਾਨ, ਭਾਵੇਂ ਹਿੰਦੂ ਹੈ, ਭਾਵੇਂ ਕੋਈ ਵੀ ਹੈ, ਉਹ ਸੰਤ ਹੈ। ਤੇ ਜੇ ਸੱਤ ਨਹੀਂ ਤੇ ਸੰਤੋਖ ਨਹੀਂ, ਧਰਮ ਦਾ ਬਾਣਾ ਪਾਇਆ, ਉਹ ਧਰਮ ਦੇ ਨਾਂ ਤੇ ਕਲੰਕ ਹੈ। ਇੱਕ ਸੱਤ ਹੋਵੇ, ਸੰਤੋਖ ਹੋਵੇ, ਕਿਉਂਕਿ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਸੱਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਹਾਲੇ ਪਾਸ।
ਜਿਨ੍ਹਾਂ ਕੋਲ ਸੱਤ ਸੰਤੋਖ ਉਹਨਾਂ ਦੀ ਅਰਦਾਸ ਪੂਰੀ ਹੁੰਦੀ। ਇਤਿਹਾਸ ਚੋਂ ਗੱਲ ਕਹਿ ਕੇ ਫਿਰ ਮੈਂ ਇੱਥੇ ਆਵਾਂ। ਮਹਾਰਾਜੇ ਰਣਜੀਤ ਸਿੰਘ ਨੇ ਜਦੋਂ ਅੜਕ ਦਰਿਆ ਪਾਰ ਕੀਤਾ ਨਾ, ਬਾਬਾ ਵੀਰ ਸਿੰਘ ਨਿਰੰਗਾਬਾਦੀ ਨੇ ਅਰਦਾਸ ਕੀਤੀ। ਜੰਗ ਜਿੱਤਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਬਾਬਾ ਵੀਰ ਸਿੰਘ ਕੋਲ ਆਇਆ ਪੰਜਾਂ ਦਿਨਾਂ ਤੋਂ ਬਾਅਦ। ਕਹਿੰਦਾ ਬਾਬਾ ਜੀ ਬੜੀ ਕਿਰਪਾ ਹੋਈ, ਗੁਰੂ ਨੇ ਕਿਰਪਾ ਕੀਤੀ ਹੈ, ਮੋਰਚਾ ਫਤਿਹ ਹੋ ਗਿਆ ਹੈ ਅਤੇ ਮੈਂ ਕੁਝ ਤੁਹਾਨੂੰ ਦੇਣਾ ਚਾਹੁੰਦਾ। ਅਤੇ ਬਾਬਾ ਵੀਰ ਸਿੰਘ ਕਹਿਣ ਲੱਗੇ ਰਣਜੀਤ ਸਿੰਘ ਬੜੀ ਛੇਤੀ ਮੰਗਦੇ, ਤੂੰ ਦਾਦਾ ਬਣ ਗਿਆ, ਤੂੰ ਬੜੀ ਛੇਤੀ ਬਦਲਿਆ। ਮਹਾਰਾਜਾ ਰਣਜੀਤ ਸਿੰਘ ਵੇਖਣ ਲੱਗਾ, ਕਹਿੰਦਾ ਚਾਰ ਦਿਨ ਪਹਿਲਾਂ ਕਹਿੰਦਾ ਸਾਂ ਮੇਰੀ ਅਰਦਾਸ ਕਰੋ, ਹੁਣ ਤੂੰ ਮੈਨੂੰ ਦੇਣ ਲਈ ਆਇਆ। ਮੈਂ ਜਿਹਦੀ ਅੱਗੇ ਅਰਦਾਸ ਕੀਤੀ, ਜਿਹਦੀ ਅੱਗੇ ਮੰਗਤਿਆ ਮੰਗਿਆ ਸੀ, ਮੈਂ ਉਹਦੇ ਕੋਲ ਮੰਗਾਂਗਾ। ਮੰਗਤੇ ਦਾ ਮੰਗਤਾ ਨਹੀਂ, ਜਿਹੜਾ ਬੰਦਿਆਂ ਦਾ ਮੰਗਤਾ ਬਣਦਾ ਉਹ ਸੰਤ ਨਹੀਂ। ਜੇ ਮਾਫ਼ੀ ਦੇਣੀ ਮੈਂ ਕੌੜਾ ਕਹਿ ਪਰ ਕਿਹਾ ਸੱਚ ਦੇ, ਸੰਤ ਉਹ ਹੈ ਜਿਹੜਾ ਕੇਵਲ ਅਤੇ ਕੇਵਲ ਇਹਦੇ 'ਤੇ ਵਿਸ਼ਵਾਸ ਰੱਖੇ, ਜਿਹੜਾ ਕੇਵਲ ਅਤੇ ਕੇਵਲ ਸੱਤ ਨਾਲ ਜੁੜਿਆ, ਜਿਹੜਾ ਕੇਵਲ ਅਤੇ ਕੇਵਲ ਸੰਤੋਖ ਨਾਲ ਜੁੜਿਆ। ਜੇ ਸੱਤ 'ਤੇ ਸੰਤੋਖ ਨਹੀਂ, ਭਾਵੇਂ ਉਹ ਆਪਣੇ ਆਪ ਨੂੰ ਕੁਝ ਵੀ ਖਵਾਉਂਦਾ, ਉਹ ਅਸੰਤ ਹੈ, ਸੰਤ ਨਹੀਂ। ਮੈਂ ਟੋਕਰੀ ਦੀ ਗੱਲ ਕਹਿ ਕੇ ਸਮਾਪਤੀ ਕਰਾਂ। ਅਸੀਂ ਪਟਨਾ ਸਾਹਿਬ ਨੂੰ ਜਾਂਦੇ ਹਾਂ, ਸਸਰਾਮ ਨਗਰ ਆਉਂਦਾ ਹੈ, ਉੱਥੇ ਗੁਰੂ ਘਰ ਦੇ ਪ੍ਰਚਾਰਕ ਅਤੇ ਕਾਰ ਸੇਵਾ ਵਾਲੇ ਬਾਬਾ ਜੀ ਹੋਏ ਨੇ, ਚਾਚਾ ਫੱਗੋ ਜੀ ਨਾਂ ਉਹਨਾਂ ਦਾ ਫੱਗੋ ਸੀ। ਅਤੇ ਜਿਵੇਂ ਹੱਲ ਹੁੰਦੀ ਆਪਾਂ ਪਿੰਡਾਂ 'ਚ, ਕਈਆਂ ਨੂੰ ਸਾਰਾ ਪਿੰਡ ਹੀ ਉਹਨਾਂ ਨੂੰ ਮਾਮਾ ਕਹੀ ਜਾਂਦਾ, ਕਿਤੇ ਚਾਚਾ ਕਹੀ ਜਾਂਦਾ, ਵਿਹਨੇ ਆਪਾਂ ਉਹਨੂੰ ਸਾਰੇ ਚਾਚਾ ਕਹਿੰਦੇ ਸਨ। ਉਹ ਸੇਵਾ ਲੈਣ ਜਾਂਦਾ ਇਹ ਗਰੀਬ ਬੀਬੀ, ਕਹਿਣ ਲੱਗਾ ਵੀ ਧੀਏ ਜਦੋਂ ਤੇਰੇ ਕੋਲ ਲੰਘੀ ਦਾ ਤੂੰ ਕੱਖ ਵੀ ਨਹੀਂ ਦਿੰਦੀ, ਥੋੜ੍ਹਾ ਬਹੁਤਾ ਦਿਆ ਕਰ, ਵਾਰ ਵਾਰ ਕਹਿਣਾ। ਇੱਕ ਦਿਨ ਚਾਚੇ ਫੱਗੋ ਨੇ ਕਿਹਾ ਤੇ ਬੀਬੀ ਦਾ ਮਨ ਭਰ ਗਿਆ, ਕਹਿਣ ਲੱਗੀ ਬਾਬਾ ਤੂੰ ਤਾਂ ਮੈਨੂੰ ਕਹਿੰਦਾ ਨਾ, ਪਰ ਮੇਰਾ ਕਾਲਜਾ ਵਲੁੰਦਰਿਆ ਜਾਂਦਾ, ਹੁਣ ਤੂੰ ਮੈਨੂੰ ਕਹਿ ਦਿੱਤਾ ਨਾ। ਰਾਤ ਬਾਬਾ ਸਾਡਾ ਟੱਬਰ ਭੁੱਖਾ ਸੁੱਤਾ, ਰਾਤ ਰੋਟੀ ਨਹੀਂ ਮਿਲੀ ਸਾਨੂੰ, ਸਾਡੇ ਘਰੇ ਨਹੀਂ ਗਰੀਬੀ ਹੈ, ਤੂੰ ਕਹਿੰਦਾ ਦੇ। ਮੈਂ ਇਹ ਬੇਨਤੀ ਤਾਂ ਕਰ ਰਿਹਾ, ਅਸੀਂ ਬਾਣਾ ਤਾਂ ਪਾਇਆ ਪਰ ਬਣਨਾ ਬੜਾ ਔਖਾ ਜਿਹਾ। ਮੇਰੇ ਤੋਂ ਕਈ ਵਾਰ ਮੇਰੇ ਭਰਾ ਭਾਈ ਵੀ ਪਰੇਸ਼ਾਨ ਹੋ ਜਾਂਦੇ ਨੇ। ਹਰਿਮੰਦਰ ਸਾਹਿਬ ਦਾ ਗ੍ਰੰਥੀ ਕਦੇ ਮਾਤਾ ਗੰਗਾ ਜੀ ਵਾਸਤੇ ਅਰਦਾਸਾਂ ਕਰਦਾ, ਕਦੇ ਸਰੋਵਰ ਦੀ ਸੇਵਾ ਕਰਦਾ, ਤੇ ਸਿਰ ਤੇ ਮਿੱਟੀ ਦੀ ਟੋਕਰੀ ਚੁੱਕੀ ਹੈ ਕਰ ਸੇਵਾ ਦੀ। ਬਾਬਾ ਬੁੱਢਾ ਜੀ ਨੇ ਅੱਜ ਸਾਡੇ ਚੋਲੇ ਤੇ ਨਾਲ ਕੋ ਲੱਗ ਜੇ ਤੇ ਕਹਿੰਦੇ ਪਰਾਂ ਵਾਲਾ ਮੇਰਾ ਚੋਲਾ ਜੂਠਾ ਹੋ ਗਿਆ। ਇਹ ਚੋਲਾ ਕਿਹਨਾਂ ਦਾ ਜੂਠਾ ਹੈ? ਜਿਹਨਾਂ ਦੇ ਮਨ ਜੂਠੇ ਨੇ। ਜੇ ਮਨ ਸੁੱਚਾ ਹੋ ਗਿਆ ਨਾ ਤੇ ਚੋਲੇ ਨਾਲ ਕੋ ਲੱਗਣ ਕਰਕੇ ਜੂਠਾ ਨਹੀਂ ਜੀ ਹੁੰਦਾ। ਗੁਰੂ ਸਾਡੇ ਤੇ ਕਿਰਪਾ ਕਰੇ, ਅਸੀਂ ਇੰਨੇ ਸੁੱਚੇ ਹੋ ਜਾਈਏ। ਕਹਿਣ ਲੱਗੀ ਬਾਬਾ ਜੀ ਰਾਤ ਨੂੰ ਸਾਰਾ ਟੱਬਰ ਰੋਟੀ ਨਹੀਂ ਖਾਧੀ, ਰੱਜੇ ਨਹੀਂ, ਪੇਟ ਨਹੀਂ ਜੇ ਭਰਿਆ। ਰੱਬ ਦੇ ਪਿਆਰੇ ਨਮਸਕਾਰ। ਕਹਿੰਦੇ ਬੀਬੀ ਮੈਂ ਲੈ ਕੇ ਜਾਣਾ ਹੀ। ਇਹ ਲਿਖੀ ਹੋਈ ਗੱਲ ਜਿਹੜੀ ਮੈਂ ਬੇਨਤੀ ਕਰ ਰਿਹਾ ਨਾ, ਇਤਿਹਾਸਕ ਘਟਨਾਵਾਂ ਨੇ ਲਿਖਤਾਂ ਵਿੱਚ। ਉਸ ਬੀਬੀ ਕਹਿਣ ਲੱਗੀ ਮੇਰੇ ਕੋਲ ਕੂੜਾ, ਕਹਿਣ ਲੱਗਾ ਧੀਏ ਕੂੜਾ ਹੀ ਪਾ ਦੇ, ਹੈ ਕੋਈ ਇਹੋ ਜਿਹਾ ਕਰ ਸੇਵਾ ਵਾਲਾ, ਹੈ ਕੋਈ ਸੰਤ? ਕਹਿਣ ਲੱਗਾ ਧੀਏ ਕੂੜਾ ਪਾ ਦੇ। ਉਹਨੇ ਝੋਲੀ ਵਿੱਚ ਕੂੜਾ ਪਵਾ ਲਿਆ। ਅੱਜ ਕੋਈ ਕਹਿੰਦਾ ਗਿਆਨੀ ਜੀ 1,00,000 ਦੇਣਾ ਤੇ ਵਿੱਚ ਇਹ ਕਥਾ ਬੰਦ ਕਰਕੇ ਅਸੀਂ ਜਕਾਰੇ ਛੱਡਦੇ ਹਾਂ, ਫਲਾਨਾ 1,00,000 ਰੁਪਈਆ ਦਿੰਦਾ, ਤੇ ਕੋਈ ਗਰੀਬ ਰਕਸ਼ੇ ਵਾਲਾ 5,00,000 ਕਹਿੰਦੇ ਦਫਾ ਉਪਰਾ ਸੁੱਟ ਦੇ ਉੱਥੇ। ਇਹ ਅਸੀਂ ਗਲਤ ਜੇ
ਅਸੀਂ ਫੇਰ ਜੇ ਗੁਰੂ ਨਾਨਕ ਦੇ ਘਰ ਵਿੱਚ ਕੌਡੀ ਵੀ ਪ੍ਰਵਾਨ ਹੈ, ਮੈਂ ਨਹੀਂ ਕਹਿੰਦਾ ਜਿਹੜੀ ਡਿਊਟੀ ਤੇ ਮੇਰੀ ਡਿਊਟੀ ਲੱਗੀ ਹੈ ਨਾ ਉਹ ਡਿਊਟੀ ਦਾ ਮਾਲਕ ਭਾਈ ਗੁਰਦਾਸ ਲਿਖਦਾ ਹੈ, ਕਹਿੰਦੇ ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰਾਖੇ ਸਤਿਗੁਰੂ ਕੋਟ ਨਿਦਾਨ ਦਾਨ ਦੇਤ ਹੈ। ਭਾਈ ਗੁਰਦਾਸ ਦੇ ਬੋਲ ਨੇ, ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰਾਖੇ ਸਤਿਗੁਰੂ ਕੋਟ ਨਿਦਾਨ ਦਾਨ ਦੇਤ ਹੈ। ਭਾਵਨਾ ਨਾਲ ਕੌਡੀ ਵੀ ਰੱਖੇਗਾ ਤੈਨੂੰ ਗੁਰੂ ਕਰੋੜਾਂ ਖਜ਼ਾਨਿਆਂ ਦਾ ਮਾਲਕ ਬਣਾ ਦੇਗਾ। ਕਦੇ ਟਕਾ ਰੱਖਿਆ ਸੀ ਨਾ ਆਗਰੇ ਵਿੱਚ ਸਿੱਖ ਨੇ, ਢਾਈ ਪਾਤਸ਼ਾਹ ਦੀ ਸਾਖੀ ਪੜ੍ਹਨੀ ਛੇਵੇਂ ਪਾਤਸ਼ਾਹ ਦੀ, ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਟਕਾ ਤੇ ਫੜ ਕੇ ਆਖਿਆ, ਸਿੱਖਾ ਤੇਰਾ ਲੋਕ ਸਫਲਾ ਤੇਰਾ ਪ੍ਰਲੋਕ ਸਫਲਾ। ਇਹ ਆਗਰੇ ਦੀ ਘਟਨਾ ਜੇ ਚਾਚੇ ਫੱਗੋ ਨੇ ਕੂੜਾ ਪਵਾਇਆ ਝੋਲੀ ਚ, ਮੱਥੇ ਤੇ ਤਿਉੜੀ ਨਹੀਂ ਪਈ, ਗੁੱਸਾ ਨਹੀਂ ਆਇਆ, ਘਰ ਆ ਕੇ ਆਪਣੀ ਝੋਲੀ ਫਰੋੜੀ ਤੇ ਕੀ ਵੇਖਿਆ ਇੱਕ ਨਿੱਕੀ ਜੀ ਬੇੜ ਦੀ ਗਿੜਕ। ਕਹਿਣ ਲੱਗਾ, ਧੀਏ ਭਾਗਾਂ ਵਾਲੀ ਹੈ, ਰੰਬੀ ਲਈ ਪਾਣੀ ਲਿਆ ਗੜਵੀ ਚ ਪਾਇਆ। ਉਸ ਗੁਰਦੁਆਰੇ ਦੇ ਨਾਂ ਚਾਚੇ ਫੱਗੋ ਦੀ ਹਵੇਲੀ, ਗੋਠਵੇ ਜਾ ਕੇ ਰੰਬੀ ਨਾਲ ਥੋੜਾ ਜਿਹਾ ਥਾਂ ਪੁੱਟਿਆ, ਬੇਰੀ ਦੀ ਗਿੜਕ ਬੀਜੀ, ਪਾਣੀ ਪਾ ਕੇ ਅਰਦਾਸ ਕੀਤੀ, ਮੇਰੇ ਮਾਲਕਾ ਐਸ ਵੇੜੇ ਦਾ ਬੀਜਿਆ ਹਰਾ ਹੋ ਜਾਏ। ਰਾਗੀ ਸਿੰਘ ਪੰਕਤੀਆਂ ਪੜ੍ਹ ਕੇ ਗਏ ਨੇ ਜਿਹੜੀਆਂ ਗੁਰੂ ਕੀ ਬਾਣੀ ਹੈ, ਤੇਗ ਬਹਾਦਰ ਸਿਮਰੀਏ ਕਰ ਨਾਉਣ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ। ਤੇ ਗੁਰਮੁਖੋ ਇਤਿਹਾਸ ਕਹਿੰਦਾ ਜੀ ਨਾਵੇਂ ਪਾਤਸ਼ਾਹ ਗਏ ਨਾ ਪਟਨਾ ਸਾਹਿਬ ਨੂੰ, ਉਹਦੇ ਘਰ ਗਏ, ਬੜੀ ਸੇਵਾ ਕੀਤੀ, ਜਿਹੜੀ ਗੁਰੂ ਘਰ ਭੇਟਾ ਸੀ ਗੁਰੂ ਪਾਤਸ਼ਾਹ ਨੂੰ ਸੌਂਪ ਦਿੱਤੀ। ਤੇ ਗੁਰਦੇਵ ਕਹਿਣ ਲੱਗੇ, ਫੱਗੋ ਐਤਕੀ ਨਿੱਕਾ ਜਿਹਾ ਲਾਹਾਂ ਵੀ ਤੂੰ ਹੇਰਾ ਫੇਰੀ ਕਰ ਗਿਆ, ਵਿਚਾਰਾਂ ਚ ਪੈ ਗਿਆ ਹੇਰਾ ਫੇਰੀ। ਕਹਿਣ ਲੱਗਾ ਜੀ ਭੁੱਲਣ ਆਜੂ ਹੋਏ, ਹਮ ਅਪਰਾਧੀ ਸਦ ਭੂਲਤੇ ਤੂੰ ਬਖਸ਼ਣ ਆ ਰਹੇ। ਜਦੋਂ ਗੁਰੂ ਕੋਲ ਆਉਂਦੇ ਜੇ ਨਾ ਆਪਣੇ ਗੁਣਾਂ ਦੀ ਗਿਣਤੀ ਨਾ ਕਰਿਆ ਕਰੋ, ਸਾਡੇ ਚਾਮਲ ਆ ਜਾ ਅਸੀਂ ਆਹ ਕੀਤਾ ਆਹ ਕੀਤਾ। ਮੇਰੀ ਬੇਨਤੀ ਹੈ ਜੇ ਆਪਣੇ ਗੁਣਾਂ ਦੀ ਗਿਣਤੀ ਕੀਤੀ ਤੇ ਔਗੁਣ ਵੱਧ ਜਾਣੇ ਜੇ ਤੇ ਗੁਣ ਘੱਟ ਜਾਣੇ ਜੇ। ਇਹੋ ਹੀ ਆਖੀਏ ਅਸੀਂ ਭੁੱਲਣ ਆ ਰਹਾਂ ਤੂੰ ਬਖਸ਼ੰਦ ਹੈ। ਮੈਂ ਤਕਰੀਬਨ ਮੰਜੀ ਸਾਹਿਬ ਤਵਾ ਲਾਉਂਦਾ ਰਹਿੰਦਾ, ਗਿਆਨੀ ਜੀ 40 ਪਾਠ ਸੁਖਮਨੀ ਸਾਹਿਬ ਦੇ ਹੋ ਗਏ ਹੁਣ ਕੀ ਕਰੀਏ। ਮੈਂ ਕਿਹਾ ਖੂਹ ਛਾਲ ਮਾਰਦੇ, ਇੱਕ ਪੁੱਛਣ ਵਾਲੀ ਗੱਲ ਹੈ, ਜਿੰਨਾ ਚਿਰ ਪ੍ਰਾਣ ਨੇ ਉਹਨਾਂ ਚਿਰ ਨਾਮ ਜਪੀ, ਚੱਲ ਕੀ ਪਤਾ ਕਿਹੜਾ ਸਵਾਸ ਖੀਰਲਾ ਹੈ। ਮੈਂ ਗੱਲ ਕਹਿਣ ਲੱਗਾ ਜੇ ਮੈਂ ਗੁਰਮੁਖ ਤੋਂ ਢੋਵਾਂ ਤੇ ਮੈਨੂੰ ਮਾਫ਼ੀ ਦੇ ਦੇਣੀ ਹੁਣੇ, ਮੁੜ ਕੇ ਨਾ ਆਖਿਆ ਜੇ ਕਾਲ ਤਖ਼ਤ ਪੇਸ਼ ਹੋ ਜਾ ਮਾਫ਼ੀ ਉੱਥੇ ਮੰਗ, ਮੈਂ ਹੁਣੇ ਮੰਗ ਲਾਂ। ਗੁਰਮੁਖੋ ਆਪਾਂ ਸਰੀਰ ਦੀ ਕਿਰਿਆ ਸਾਧ ਦੇ ਨਾ, ਉਦੋਂ ਵਹਿਗੁਰੂ ਵਹਿਗੁਰੂ ਕਰਿਆ ਕਰੀਏ, ਕੀ ਪਤਾ ਉਹ ਪ੍ਰਾਣ ਖੀਰਲਾ ਹੋਵੇ। ਮੇਰੀ ਆਪਣੀ ਜਾਤੀ ਰਹਿ, ਆਪਾਂ ਬਾਹਰ ਅੰਦਰ ਜਾਂਦੇ ਹਾਂ ਨਾ, ਉਦੋਂ ਵੀ ਵਹਿਗੁਰੂ ਵਹਿਗੁਰੂ ਮਨ ਚ ਕਿਹਾ ਕਰੋ, ਕੀ ਪਤਾ ਸਵਾਸ ਕਿਹੜਾ ਖੀਰਲਾ ਖੀਰਲਾ। ਕਿਉਂਕਿ ਬਾਣੀ ਕਹਿੰਦੀ ਅੰਤ ਕਾਲ ਰਹਿਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਰਿਤੇ ਪਸੇ। ਕਹਿਣ ਲੱਗਾ ਜੀ ਭੁੱਲਣ ਆਰਜੂ ਹੋਏ, ਤੇ ਗੁਰਦੇਵ ਕਹਿਣ ਲੱਗੇ ਫੱਗੋ ਤੈਨੂੰ ਬੀਬੀ ਨੇ ਕੋਈ ਗਿੜਕ ਦਿੱਤੀ ਸੀ? ਕਹਿਣ ਲੱਗਾ ਜੀ ਹਾਂ ਚੇਤਾ ਆ ਗਿਆ। ਕਿਹੋ ਜਿਹਾ ਸਾਡਾ ਗੁਰੂ ਹੈ, ਕਿੱਡਾ ਬਖਸ਼ੰਦ ਹੈ। ਕਹਿੰਦੇ ਪਹਿਲਾਂ ਉੱਥੇ ਚੱਲ, ਦੀਨ ਦੁਨੀਆਂ ਦਾ ਮਾਲਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮੇਰਾ ਮਾਲਕ ਨੰਗੇ ਚਰਨੀ ਉੱਥੇ ਬੇਰੀ ਕੋਲ ਗਿਆ, ਬੇਰੀ ਦਾ ਪੱਤਾ ਤੋੜ ਕੇ ਆਖਿਆ, ਧੀਏ ਤੇਰਾ ਲੋਕ ਸਫਲਾ ਤੇਰਾ ਪ੍ਰਲੋਕ ਸਫਲਾ। ਇਹ ਜੇ ਗੁਰੂ ਦੇ ਪਿਆਰ ਵਾਲੇ ਸਿੱਖ ਜਿਹੜੇ ਕੂੜਾ ਲੈ ਕੇ ਵੀ ਅਰਦਾਸ ਕਰਦੇ, ਪਾਤਸ਼ਾਹ ਮੇਰ ਕਰੀ ਐਸ ਵੇਲੇ ਦਾ ਬੀਜਿਆ ਹਰਾ ਹੋ ਜਾਏ। ਗੁਰੂ ਮੇਰ ਕਰੇ
ਇਸੇ ਕਰਕੇ ਅਸੀਂ ਕਹਿੰਦੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਸਾਡੇ ਤੇ ਕਿਰਪਾ ਕਰ, ਕਿਉਂਕਿ ਚੋਰ ਨੂੰ ਮਿਲਾਂਗੇ ਤੇ ਚੋਰ ਚੇਤੇ ਆਵੇਗਾ, ਗੁਰਮੁਖਾਂ ਨੂੰ ਮਿਲਾਂਗੇ ਤੇ ਗੁਰਮੁਖ ਬਣਾਂਗੇ। ਇਸ ਕਰਕੇ ਅਸੀਂ ਇਹ ਡਿਮਾਂਡ ਕਰਦੇ ਹਾਂ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਬਾਬਾ ਸੇਵਾ ਸਿੰਘ ਮੈਨੂੰ ਚੰਗੀ ਤਰ੍ਹਾਂ ਬਚਨ ਚੇਤੇ ਨੇ, ਬਾਬਾ ਖੜਕ ਸਿੰਘ ਕਹਿਣ ਲੱਗੇ ਤੇਰੀਆਂ ਨਿੱਕੀਆਂ ਨਿੱਕੀਆਂ ਲੱਤਾਂ ਤੇ ਕਿੱਡੇ ਵੱਡੇ ਪੰਗੇ ਲੈਣਾ। ਬਾਬਾ ਖੜਕ ਸਿੰਘ ਬੜੇ ਖਲਾਸੇ ਸੁਭਾਅ ਦੇ ਸਨ, ਐਡੀਆਂ ਐਡੀਆਂ ਇਮਾਰਤਾਂ ਬਣਾਈਆਂ, ਪਰ ਆਪਣੇ ਆਪ ਨੂੰ ਛੁਪਾ ਕੇ ਰੱਖਿਆ। ਬਾਬਾ ਲਾਭ ਸਿੰਘ ਦਾ ਜੀਵਨ ਸੀ ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਟੁਰ ਜਾਣ ਦੀ ਪੂਰੀ ਹੁੰਦੀ ਨਾ ਮੈਂ ਤਰਲੇ ਪਾ ਰਿਹਾ, ਇਹ ਬਾਬੇ ਲਾਭ ਸਿੰਘ ਦਾ ਜੀਵਨ ਸੀ। ਗੁਰੂ ਬਾਬਾ ਸਾਡੇ ਤੇ ਕਿਰਪਾ ਕਰੇ, ਰਹਿਮਤਾਂ ਕਰੇ, ਸਾਨੂੰ ਇਹੋ ਜਿਹੇ ਗੁਰਸਿੱਖਾਂ ਦੀ ਸੰਗਤ ਮਿਲੇ ਤਾਂ ਕਿ ਉਹਨਾਂ ਦੀ ਸੰਗਤ ਨੂੰ ਅਸੀਂ ਆਪਣੇ ਜੀਵਨ ਨੂੰ ਪ੍ਰੇਰਣਾ ਦੇ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕੀਏ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ। ਔਰ ਜਿਵੇਂ ਸੰਦ ਗਰਾਈ ਕਰਦੇ, ਮੈਂ ਵੀ ਗਰਾਈ ਸ਼ੁਰੂ ਕੀਤੀ, ਉਹ ਕਿਹੜੀ? ਅਸੀਂ ਗੁਰਮੁਖੋ ਚਿੱਟਾ ਪਰਨਾ ਗੱਜ ਪਾਉਂਦੇ ਹਾਂ, ਤੁਹਾਡੇ ਕੋਲ ਖੈਰ ਮੰਗਦੇ ਹਾਂ, ਤੁਸੀਂ ਗੁਰੂ ਅੱਗੇ ਅਰਦਾਸ ਕਰੋ ਕਿ ਅਸੀਂ ਤੁਹਾਡੀ ਕੌਮ ਦੇ ਪ੍ਰਚਾਰਕ ਜਿਹੜੇ ਹਾਂ, ਸਾਡਾ ਅੰਦਰ ਤੇ ਬਾਹਰ ਚਿੱਟਾ ਹੋਵੇ, ਕਿਤੇ ਸਾਨੂੰ ਮੈਲ ਨਾ ਲੱਗ ਜੇ, ਦਾਗ ਨਾ ਲੱਗੇ, ਇਹ ਸਾਡੇ ਲਈ ਅਰਦਾਸ ਕਰੋ। ਕਿਉਂਕਿ ਬਾਹਾਂ ਲਾ ਕੇ ਕਥਾ ਕਰਨੀ ਬੜੀ ਸੌਖੀ ਹੈ, ਲੇਕਿਨ ਪ੍ਰੈਕਟੀਕਲ ਤੌਰ ਤੇ ਬਣਨਾ ਬੜਾ ਔਖਾ ਹੈ। ਤੁਸੀਂ ਗੁਰੂ ਕੀ ਸੰਗਤ ਅਰਦਾਸ ਕਰੋ, ਅਸੀਂ ਜੋ ਤੁਹਾਨੂੰ ਗੁਰੂ ਨਾਲ ਜੋੜਨ ਦਾ ਉਪਰਾਲਾ ਕਰਦੇ ਹਾਂ, ਤੁਹਾਨੂੰ ਸਿੱਖਿਆ ਦਿੰਦੇ ਹਾਂ, ਸਾਡਾ ਜੀਵਨ ਅੰਦਰੋਂ ਤੇ ਬਾਹਰੋਂ ਇੱਕ ਹੋਵੇ, ਇਹ ਮੈਂ ਤੁਹਾਡੇ ਕੋਲੋਂ ਭਿੱਖਿਆ ਮੰਗਦਾ। ਕਿਉਂਕਿ ਗੁਰੂ ਕੀ ਸੰਗਤ ਦੀ ਗੁਰੂ ਮੰਨਦਾ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਦੁਬਾਰਾ ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।